11 ਮਹੀਨੇ ਬਾਅਦ ਮਾਪਿਆਂ ਨੂੰ ਉਹਨਾਂ ਦਾ ਲਾਪਤਾ ਹੋਇਆ ਬੱਚਾ ਮਿਲ ਗਿਆ। ਥਾਣੇ ਦੇ ਵਿੱਚ ਲੱਡੂ ਵੰਡੇ ਗਏ। ਪੰਜਾਬ ਪੁਲਿਸ ਦਾ ਪੂਰੇ ਪਰਿਵਾਰ ਦੇ ਵੱਲੋਂ ਧੰਨਵਾਦ ਕੀਤਾ ਗਿਆ। ਦੱਸਦੇ ਕਿ ਇਹ ਬੱਚਾ ਖੇਡਦਾ ਖੇਡਦਾ ਘਰੋਂ ਚਲਾ ਗਿਆ ਸੀ ਔਰ ਆਪਣਾ ਘਰ ਭੁੱਲ ਗਿਆ ਸੀ। ਅੰਮ੍ਰਿਤਸਰ ਤੋਂ ਲਾਪਤਾ ਹੋ ਗਿਆ। ਹੁਣ ਇੱਕ NGO ਦੀ ਸਹਾਇਤਾ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਇਸ ਬੱਚੇ ਨੂੰ ਲੱਭਿਆ ਗਿਆ। ਸਹੀ ਸਲਾਮਤ ਪੁਲਿਸ ਦੇ ਵੱਲੋਂ ਮਾਪਿਆਂ ਦੇ ਹਵਾਲੇ ਕੀਤਾ ਗਿਆ। ਮਾਪਿਆਂ ਨੇ ਖੁਸ਼ੀ ਦੇ ਵਿੱਚ ਲੱਡੂ ਵੰਡੇ। ਪੂਰੇ ਥਾਣੇ ਦੇ ਮੁਲਾਜ਼ਮਾਂ ਨੂੰ ਲੱਡੂ ਵੰਡੇ ਗਏ। ਤਾਂ ਅੰਮ੍ਰਿਤਸਰ ਦੇ ਵਿੱਚ ਪਿਛਲੇ 11 ਮਹੀਨਿਆਂ ਤੋਂ ਇਹ ਬੱਚਾ ਲਾਪਤਾ ਹੋ ਗਿਆ ਸੀ, ਜੋ ਆਖਿਰਕਾਰ ਲੱਭ ਗਿਆ। ਪੁਲਿਸ ਨੇ ਸਹੀ ਸਲਾਮਤ ਇਸ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ। ਰਾਜਪੁਰਾ ਦਾ ਇਹ ਬੱਚਾ ਰਹਿਣ ਵਾਲਾ ਅੰਮ੍ਰਿਤਸਰ ਆਪਣੀ ਮਾਸੀ ਦੇ ਘਰ ਗਿਆ ਹੋਇਆ ਸੀ, ਉੱਥੋਂ ਹੀ ਗੁੰਮ ਹੋਇਆ ਸੀ। ਡੇਰਾ ਬਾਬਾ ਨਾਨਕ ਪਹੁੰਚ ਗਿਆ। ਇੱਕ NGO ਦੀ ਮਦਦ ਨਾਲ ਇਹ ਬੱਚਾ ਲੱਭ ਗਿਆ ਤੇ ਹੁਣ ਪੁਲਿਸ ਨੇ ਬੱਚਾ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕੀਤਾ। ਮੈਂ ਨਾ ਖੇਡਣ ਡਿਆ ਸੀ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ। ਮੈਨੂੰ ਰਾਹ ਦਾ ਚੇਤਾ ਭੁੱਲ ਗਿਆ ਸੀ ਤੇ ਮੈਂ ਰੋਣ ਡੈ ਪਿਆ। ਫਿਰ ਤੇ ਮੈਂ ਰੋਣ ਡੈ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਕੀ ਗੱਲ ਆ, ਤੈਨੂੰ ਰੋਣ ਕਿਉਂ ਡਿਆ? ਮੈਂ ਰੋਣ ਕਿਉਂ ਡਿਆ ਤੂੰ? ਮੈਂ ਕਿਹਾ ਮੈਂ ਆਪਣੇ ਘਰ ਦਾ ਚੇਤਾ ਭੁੱਲ ਗਿਆ, ਮੈਨੂੰ ਗਲੀ ਦਾ ਵੀ ਚੇਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ, ਜਦ ਮੇਰੇ ਮਾਂ ਪਿਓ ਮਿਲ ਜਾਣਗੇ ਤਦ ਮੈਂ ਛੱਡ ਦਿਆਂਗਾ। ਰੋਟੀ ਪਾਣੀ ਸਾਰੇ ਸਹੀ ਸੀ? ਸਾਰਾ ਸਹੀ ਸੀ। ਹੁਣ ਅੱਜ ਤੁਸੀਂ ਆਪਣੇ ਪਰਿਵਾਰ ਕੋ ਆਏ ਕਿ ਕਿੰਨੀ ਖੁਸ਼ੀ ਮਿਲੀ ਹੈ ਜੀ ਤੁਹਾਡੇ ਮਾਂ ਆਪਣੇ? ਬੜੀ ਖੁਸ਼ੀ ਮਿਲੀ ਹੈ। ਕਿੰਨੇ ਚਿਰ ਬਾਅਦ ਆਏ ਹੋ? 11 ਮਹੀਨੇ ਬਾਅਦ। 11 ਮਹੀਨੇ ਬਾਅਦ ਆਏ ਹਾਂ ਜੀ। ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੱਦਾਂ ਧੰਨਵਾਦ ਕਰਦੇ ਹੋ? ਤੇ ਆ ਕੇ ਮੰਮੀ ਨੂੰ ਪਛਾਣ ਲਿਆ? ਬਹੁਤ ਬਹੁਤ ਧੰਨਵਾਦ ਸਰ। ਜੀ ਮੇਰਾ ਨਾਮ ਬੈਜਨਾਥ ਹੈਗਾ ਜੀ ਅਤੇ ਮੈਂ ਲਕਸ਼ਮੀ ਵਿਹਾਰ 88 ਫੁੱਟ ਦਾ ਰਹਿਣ ਵਾਲਾ ਹੈਗਾ ਜੀ ਅਤੇ 11 ਮਹੀਨੇ ਤੋਂ ਗੁਆਚਿਆ ਸੀ ਬੱਚਾ। ਇਹ ਸਾਡੇ ਕੋਲ ਆ ਗਿਆ ਜੀ ਵਾਪਸ। ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ NGO ਵਾਲੇ, ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤਾਂ ਪੁਲਿਸ ਦੇ ਹਵਾਲੇ ਕਰ ਦੇਵੇ ਜਾਂ ਕਿਸੇ NGO ਦੇ ਹਵਾਲੇ ਕਰ ਦੇਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ। ਬਸ ਇਹੀ ਬੇਨਤੀ ਕਰਾਂਗਾ। ਸਤਿ ਸ਼੍ਰੀ ਅਕਾਲ। ਕਿੰਨੀ ਦੇਰ ਬਾਅਦ ਲੱਭਾ ਤੇ? ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ। ਕਿੱਥੋਂ ਗੁਆਚਿਆ ਸੀ ਤੇ ਕਿੱਦਾਂ? 88 ਫੁੱਟ ਤੋਂ ਗੁਆਚਿਆ ਸੀਗਾ ਜੀ। 88 ਫੁੱਟ ਤੋਂ ਗੁਆਚਿਆ ਸੀ? ਹਾਂਜੀ ਸਰ ਜੀ। ਅੱਜ ਤੁਸੀਂ ਥਾਣੇ ਆਏ ਹੋ, ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ? ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ, ਪੁਲਿਸ ਮਹਿਕਮੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ, NGO ਵਾਲਿਆਂ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ। ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ। ਅੱਜ ਤੁਸੀਂ ਮੂੰਹ ਮਿੱਠਾ ਕਰ ਰਹੇ ਪ੍ਰਸ਼ਾਸਨ ਦਾ, ਕਿੰਨੀ ਕੁ ਖੁਸ਼ੀ ਮਿਲੀ ਹੈ? ਮੈਂ ਸਰ ਜੀ ਦਿਲੋਂ ਬਹੁਤ, ਮੈਂ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੀ। ਪਰਿਵਾਰ 'ਚ ਕਿੰਨਾ ਕੁ ਖੁਸ਼ੀ ਦਾ ਮਾਹੌਲ ਹੈ? ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ। ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ, ਬੱਚਾ ਮਿਲ ਗਿਆ ਸ਼ੁਕਰ ਹੈ, ਸਹੀ ਸਲਾਮਤ। ਬਿਲਕੁਲ ਸਰ ਜੀ, ਹਾਂਜੀ ਸਰ ਜੀ, ਬਹੁਤ ਸਹੀ ਸਲਾਮਤ। ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ, ਤੁਹਾਡੇ ਸਾਹਮਣੇ ਹੈਗਾ ਜੀ ਬੱਚਾ। ਜੇ ਕਿਸੇ ਨੇ ਕੁਝ ਮਾਰਿਆ ਕੁੱਟਿਆ ਹੁੰਦਾ ਤਾਂ ਇਹਦੀ ਹਾਲਤ ਇੱਦਾਂ ਨਹੀਂ ਹੋਣੀ ਸੀਗੀ। ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ। ਇਹ ਗੁੰਮ ਹੋਇਆ ਸੀ ਆਪਣੇ ਲਕਸ਼ਮੀ ਵਿਹਾਰ 88 ਫੁੱਟ ਤੋਂ ਆਪਣੇ ਮਾਸੜ ਦੇ ਘਰ ਆਇਆ ਸੀ, ਉੱਥੋਂ ਚਲ ਗਿਆ ਸੀ ਅਤੇ ਇਹਨੂੰ ਆਪਣੇ ਸੰਸਥਾ ਵਾਲਿਆਂ ਨੇ ਲੱਭ ਕੇ ਸਾਨੂੰ ਦਿੱਤਾ ਸੀ, ਗਾਂ ਹੀ ਲਿਆਂਦਾ ਜੀ। ਕਿੰਨੇ ਚਿਰ ਬਾਅਦ ਲੱਭਿਆ ਜੀ? ਇਹ ਸਾਲ ਬਾਅਦ ਸਾਲ ਹੀ ਹੋ ਗਿਆ ਜੀ, 20/10/2023 ਦਾ ਗਿਆ ਕਰੋ। ਨਹੀਂ ਆਉਂਦਾ ਜੀ, ਮੈਨੂੰ ਪਤਾ ਨਹੀਂ ਲੱਗਾ ਕੁਝ ਵੀ। ਮੈਂ ਇੱਥੋਂ ਬਹਿ ਕੇ ਕਦੀ ਕਿਸੇ ਨਾ ਕਦੀ ਕਿਸੇ ਨਾ ਉਹ ਚਲ ਗਿਆ ਡੇਰਾ ਬਾਬਾ ਨਾਨਕ ਵੱਲ, ਉੱਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ, ਉਹਨੇ ਰੋਟੀ ਪਾਣੀ ਖਵਾਉਂਦੇ ਰਹੇ ਜਿਹਨੂੰ ਉਹਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮਾੜਾ ਜਿਹਾ ਦਿਮਾਗ ਤੌਰ 'ਤੇ ਉਹਨੂੰ ਪਤਾ ਨਹੀਂ ਵੀ ਇਹਨੇ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ। ਕਿੰਨੀ ਕੁ ਉਮਰ ਹੈ ਜੀ? ਇਹਦੀ ਉਮਰ ਆ ਗਈ ਕਰੀਬ 10 ਸਾਲ, 10 11 ਸਾਲ।
ਇਹਦੇ ਮਾਤਾ ਪਿਤਾ ਆਏ ਤੁਹਾਡੇ ਕੋਲ ਇੱਥੇ? ਹਾਂਜੀ ਹਾਂਜੀ, ਮਾਤਾ ਪਿਤਾ ਆਏ ਜੀ, ਇਹਦੇ ਮਾਤਾ ਪਿਤਾ ਮਾਸੀ ਮਾਸਾ ਸਾਰੇ ਆਏ ਆ। ਕਿ ਕਿੰਨੀ ਕੁ ਕਾਮਯਾਬ ਇਸ ਸਮੇਂ ਦੇ ਪੁਲਿਸ ਥਾਣਾ ਸਾਹਿਬ ਦੇ ਪੁਲਿਸ ਜੀ ਕਿੰਨਾ ਜੀ? ਨਹੀਂ, ਵਧੀਆ ਕੰਮ ਕੀਤਾ ਵਾ ਪੁਲਿਸ ਨੇ ਆਪਣੀ ਨੇ, ਅਤੇ ਇਹਦੇ ਵਿੱਚ ਇਹਦੇ ਮਾਂ ਪਿਓ ਨੂੰ ਮਿਲ ਗਿਆ ਬੱਚਾ ਜੀ, ਬੱਚਾ ਆਪਣਾ ਲੈ ਚੱਲੇ ਉਹ। ਠੀਕ ਹੈ, ਅਤੇ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਫਿਰ? ਭਾਲ ਇਹਦੀ ਪਿੰਡਾਂ 'ਚ ਜਾ ਜਾ ਕੀਤੀ, ਬੜਿਆਂ ਪਿੰਡਾਂ 'ਚ, ਕਦੀ ਕਿਸੇ ਪਿੰਡ, ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ। ਸੀਸੀਟੀਵੀ ਕੈਮਰਿਆਂ ਦਾ ਵੀ ਸਹਾਰਾ ਲਿੱਤਾ? ਲਿਆ ਜੀ ਥੋੜ੍ਹਾ ਜਿਹਾ, ਬਾਕੀ ਗਾਂ ਪਿੰਡ ਜੋ ਹਾਈਵੇ 'ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰ ਨੂੰ ਚਲ ਗਿਆ, ਕਿੱਧਰ ਨੂੰ ਚਲ ਗਿਆ। ਇਹਨੇ ਦੱਸਿਆ ਜਿਹਦੇ ਕੋਲ ਅਸੀਂ ਕਿਹਨੂੰ ਕਿਸੇ ਨੇ ਕੁੱਟਿਆ ਵਗੈਰਾ? ਨਹੀਂ ਨਹੀਂ ਨਹੀਂ, ਕੋਈ ਕੁੱਟਮਾਰ ਨਹੀਂ ਕੀਤੀ ਕਿਸੇ ਨੇ। ਤੁਹਾਡਾ ਸਹੀ ਸਲਾਮਤ ਹੈਗਾ ਜੀ ਬੱਚਾ? ਬੱਚਾ ਸਹੀ ਸਲਾਮਤ ਹੈ। ਕਈ ਬੱਚੇ ਇੱਦਾਂ ਦੇ ਕਾਫੀ ਖਬਰਾਂ ਆ ਰਹੀਆਂ ਜਿਹੜੇ ਬੱਚੇ ਗਵਾਚ ਰਹੇ ਆ, ਕੀ ਮੈਸੇਜ ਦੇਣਾ ਚਾਹੋਗੇ ਪਰਿਵਾਰ? ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ, ਬੱਚਿਆਂ ਨੂੰ ਰੱਖੋ ਇੱਦਾਂ ਆਪਣੇ ਨਾਲ, ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇੱਦਾਂ ਦਾ ਮਿਲਦਾ, ਪੁਲਿਸ ਨੂੰ ਇਤਲਾਹ ਦਿਓ। ਠੀਕ ਹੈ ਜੀ, ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕੇ।